ਹਾਂਜੀ ਸਸੀ ਗਾਲ ਦੋਸਤੋ ਤੇ ਅੱਜ ਆਪਾਂ ਲੈ ਗਏ ਸਵਰਾਜ 855 FI 2007 ਮਾਡਲ ਟਰੈਕਟਰ ਹੈਗਾ ਬਾਕੀ ਕ੍ਰਿਸ਼ਨ ਵਗੈਰਾ ਟਰੈਕਟਰ ਜਿਹੜੀ ਤੁਸੀਂ ਵੇਖ ਸਕਦੇ ਹੋ ਪੂਰਾ ਸਾਫ਼ ਟਰੈਕਟਰ ਆ ਕਲੋਸ ਕਰ ਇੰਜਨ ਹੈਗਾ ਚਾਰੇ ਟਾਇਰ BKD ਕਮਾਂਡਰ ਦੇ ਨਵੇਂ ਆ ਟਰੈਕਟਰ ਦੇ ਚਾਰੇ ਜਮਾ ਚੌਕੜਾ ਨਮਾਗਾ ਕਮਾਂਡਰ ਦਾ BKD ਦਾ ਟਾਇਰ ਵਿਖਾ ਦਿੰਨੇ ਆਪਾਂ ਜਮਾ ਨਵੇਂ BKD ਕਮਾਂਡਰ ਦੇ ਟਾਇਰ ਨਾ ਮੈਨੇ ਵਾਕੀ ਰਮਾ ਵਗੈਰਾ ਦਾ ਟਰੈਕਟਰ ਜਿਹੜਾ ਉਹ ਵੀ ਸਾਫ ਆਗਾ ਤੇ ਬਾਕੀ ਵਿੱਚੋਂ ਮਗਰਾਟ ਵਗੈਰਾ ਜਿਹੜੇ ਦੇਖ ਸਕਦੇ ਹਾਂ ਪੂਰਾ ਸਾਫ ਟਰੈਕਟਰ ਹੈਗਾ ਬਾਕੀ ਬਾਡੀ ਦਾ ਲੈਫਟ ਟਾਪਾ ਵਗੈਰਾ ਵੇਖ ਸਕਦੇ ਹਾਂ ਪੈਦਾਨ ਤੇ ਬਾਡੀ ਦਾ ਟਰੈਕਟਰ ਜਿਹੜਾ ਉਹ ਵੀ ਸਾਫ ਪਿਆ ਕਲੋਸ ਕਰ ਇੰਜਨ ਆਈ ਆਪਾਂ ਮੋਰ ਹੈਡੀ ਕਲੋਸ ਕਰ ਦੀ ਸਾਹਮਣੇ ਇਸ ਰਹੀ ਸਾਨੂੰ ਬਾਕੀ ਪੂਰਾ ਸਾਫ ਜਿਹੜਾ ਕੰਡੀਸ਼ਨ ਦਾ ਟਰੈਕਟਰ ਹੈਗਾ ਬਾਕੀ ਬੱਸ ਤੁਹਾਨੂੰ ਸੋਚ ਆ ਕੇ ਦਿਖਾ ਦਿੰਦੇ ਆ ਰੀਟਰ ਵਗੈਰਾ ਜਿਹੜਾ ਟਰੈਕਟਰ ਦਾ ਤੁਸੀਂ ਉਹ ਵੀ ਦੇਖ ਸਕਦੇ ਹੋ ਬਾਕੀ ਪਰੋਂ ਦੇਖ ਸਕਦਾ ਹਿੰਦਰ ਬਾਕੀ ਵਿੱਚੋਂ ਸੋਹ ਜਿਹੜੀ ਤੁਸੀਂ ਉਹ ਵੀ ਦੇਖ ਸਕਦੇ ਹੋ ਟਰੈਕਟਰ ਦੀ ਤਾਂ ਬਾਕੀ ਹਿੱਸੇ ਵਗੈਰਾ ਦਾ ਟਰੈਕਟਰ ਜਿਹੜਾ ਉਹ ਵੀ ਸਾਹ ਪਿਆਗਾ ਸਾਰਾ ਬਾਟੀ ਦਾ ਸੱਤ ਮਾਡਲ ਟਰੈਕਟਰ ਹੈਗਾ ਮੀਟਰ ਵਗੈਰਾ ਟਰੈਕਟਰ ਜਿਹੜਾ ਜੀ ਤੁਸੀਂ ਉਹ ਵੀ ਵੇਖ ਸਕਦੇ ਹੋ ਓਕੇ ਉਹ ਪ੍ਰੋਮੋਗਰਾਟ ਨੇ ਜਿਹੜੇ ਉਹ ਵੀ ਵੇਖ ਸਕਦੇ ਹੋਗੇ ਬੈਕ ਸਾਈਡ ਤੋਂ ਟਰੈਕਟਰ ਜਿਹੜਾ ਪੀਵੀ 25 ਜਗਰਾਵਾ ਦਾ ਨੰਬਰ ਆ ਟਰੈਕਟਰ ਦਾ ਬਾਕੀ ਜਿੰਨਾ ਕ ਟਰੈਕਟਰ ਆ ਸੜਾ オリジナル ਆ ਜੀ ਬਾਕੀ ਬੈਕ ਸਾਈਡ ਤੋਂ ਵੇਖ ਸਕਦੇ ਹੋ ਟਰੈਕਟਰ ਨੂੰ ਪੀਡੀਓ 540 ਚੱਕਰ オリジナル ਟਰੈਕਟਰ ਆ ਪੀਡੀਓ 540 ਚ ਸੇਜਰੀ ਚ ਬਾਕੀ ਲੈਂਕਾਂ ਡੰਡਾ ਡਰਾਵ ਵਾਲ ਸਮੇਤ ਆ ਟਰੈਕਟਰ ਤੇ ਬਾਕੀ ਮਗਰਾਟਾਂ ਦਾ ਟਰੈਕਟਰ ਜਿਹੜਾ ਉਹ ਵੀ ਸਾਫ ਪਿਆ ਗਣੀ ਸੰਦਾ ਚੌਕੜਾ ਟਾਇਰਾਂ ਦਾ ਬੀਕੇਟੀ ਕਮਾਂਡਰ ਦਾ ਜਿਵੇਂ ਨਵਾਂ ਆਈ ਜਵਾਨਾ 28 ਦੇ ਟਾਇਰ ਨੇ ਬਾਕੀ ਰਮਾ ਵਗੈਰਾ ਦਾ ਟਰੈਕਟਰ ਜਿਹੜਾ ਪੂਰਾ ਸਾਫ਼ ਪਿਆਗਾ ਬਾਡੀ ਦਾ ਟਰੈਕਟਰ ਜਿਹੜਾ ਉਹ ਵੀ ਸਾਫ਼ ਹੈ ਸਾਰਾ ਇਹ ਟਰੈਕਟਰ ਪਿੰਡ ਤਖਤ ਪੂਰਾ ਜਿਹੜਾ ਮੋਗਾ ਵਿਖੇ ਖੜਾ ਈ ਮਾਲਕ ਵੀਰ ਦਾ ਕੰਟੈਕਟ ਨੰਬਰ ਹੈ ਜਿਹੜਾ ਪੋਟੈਟਲ ਦੇ ਵਿੱਚ ਦਿੱਤਾ ਰਿਹਾ ਤੁਸੀਂ ਇਹਨਾਂ ਨਾਲ ਕੰਟੈਕਟ ਕਰਕੇ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਬਾਕੀ ਮੂਰਲੇ ਮਰਗਾ 890 ਲੱਗੇ ਹੈ ਤਾਜੇ ਤੇ ਟਾਇਰ ਵੀ ਜਮਾ ਬਿਲਕੁਲ ਨਵੇਂ ਨੇ ਵੀ ਕੇ ਡੀ ਦੇ ਆ ਮੂਮਣੀ ਆ ਮੈਂ ਜੋ ਕਰ ਜਮਾ ਤਾਜੇ ਟਾਇਰਾਂ ਚ ਜੀ ਟਰੈਕਟਰ ਇਹਦੀ ਡਿਮਾਂਡ ਹੈ ਜਿਹੜੀ ਉਹ 3 ਲੱਖ 75000 ਰੁਪਏ ਡਿਮਾਂਡ ਹੈ ਜਿਹੜੀ ਇਸ ਟਰੈਕਟਰ ਦੀ ਉਹ ਰੱਖੀ ਗਈ ਹੈ 7 ਮਾਡਲ ਦੀ 855 ਦੀ 3 ਲੱਖ 75000 ਰੁਪਏ ਡਿਮਾਂਡ ਰੱਖੀ ਗਈ ਹੈਗੀ ਬਾਕੀ ਮੌਕੇ ਤੇ ਜਿਹੜੇ ਵੀ ਇਹਨੇ ਕੰਟੈਕਟ ਕਰਨ ਦਾ ਤਾਂ ਕੰਟੈਕਟ ਨੰਬਰ ਜਿਹੜਾ ਉੱਪਰ ਟਾਈਟਲ ਦੇ ਵਿੱਚ ਦਿੱਤਾ ਰਿਹਾ ਤੁਸੀਂ ਨਾਲ ਨਾਲ ਕੰਟੈਕਟ ਕਰਕੇ ਇਹ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਯਾ ਅਗਲੀ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਆਈਕਨ ਵਾਲਾ ਜਰੂਰ ਦਬਾ ਦਾ ਕਰੋ ਜੀ ਧੰਨਵਾਦ ਜੀ